ਕੀ ਧਰਮ ਗ੍ਰੰਥ ਤੇ ਗ੍ਰੰਥ ਵਿੱਚ ਫਰਕ ਹੈ? ਧਰਮ ਗ੍ਰੰਥ ਤੇ ਗ੍ਰੰਥ ਵਿੱਚ ਬਹੁਤ ਫਰਕ ਹੈ। ਧਰਮ ਗ੍ਰੰਥ ਨੂੰ ਗ੍ਰੰਥ ਨਹੀਂ ਕਿਹਾ ਜਾ ਸਕਦਾ ਅਤੇ ਗ੍ਰੰਥ ਜਿਹੜਾ ਹੈ ਉਹ ਕਦੀ ਵੀ ਧਰਮ ਗ੍ਰੰਥ ਨਹੀਂ ਬਣ ਸਕਦਾ। ਬਹੁਤ ਹੀ ਮਹੱਤਵਪੂਰਨ ਇਸ਼ੂ ਜਿਹੜਾ ਇਹ ਹੈ ਕਿ ਕਿਸੇ ਵੀ ਧਰਮ ਦਾ ਧਰਮ ਗ੍ਰੰਥ ਜਿਹੜਾ ਹੈ ਉਹ ਰੱਬ ਦੇ ਬੋਲ ਨੇ, ਉਹ ਕਿਸੇ ਮਨੁੱਖ ਦੀ ਰਚਨਾ ਨਹੀਂ ਹੈ। ਸੋ ਸੰਪਾਦਿਤ ਹੋਣਾ ਅਤੇ ਰਚਨਾਕਾਰ ਹੋਣਾ ਇਹ ਦੋ ਵੱਖੋ ਵੱਖਰੇ ਇਸ਼ੂਜ ਨੇ। ਸੰਪਾਦਿਤ ਇਸ ਕਰਕੇ ਹੋਏ ਕਿਉਂਕਿ ਉਹ ਕਿਸੇ ਮਨੁੱਖ ਦੇ ਬੋਲ ਨਹੀਂ ਹਨ, ਅਤੇ ਜੇ ਮਨੁੱਖ ਦੇ ਬੋਲ ਨਹੀਂ ਹਨ ਤਾਂ ਉਹ ਕਿਸ ਦੇ ਬੋਲ ਹਨ? ਅਤੇ ਉਹ ਬੜਾ ਬਹੁਤ ਹੀ ਸਿੱਧੀ ਜਿਹੀ ਗੱਲ ਹੈ ਕਿ ਉਹ ਪਰਮੇਸ਼ਵਰ ਦੇ ਬੋਲ ਨੇ, ਭਾਵੇਂ ਉਹ ਪਵਿੱਤਰ ਕੁਰਾਨ ਹੈ, ਭਾਵੇਂ ਉਹ ਪਵਿੱਤਰ ਵੇਦ ਨੇ, ਭਾਵੇਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜ਼ਰੂਰ ਵੇਖਣਾ ਖੋਜ ਦਰਪਣ ਸਾਂਝ ਵਿਚਾਰਾਂ ਦੀ।